ਮੁੰਡਾ ਫਰਮ ਇੰਡੀਆ ਲਵ ਫਰਮ ਦਿੱਲੀ ਸਤਿ ਸ਼੍ਰੀ ਅਕਾਲ ਵੈਲਕਮ ਟੂ ਜਸਟਬ੍ਰੀਤ ਸਿੰਘ ਵਲੌਗਸ ਕੀ ਹਾਲ ਚਾਲ ਵੀ ਤੁਹਾਡੀ ਸਾਰਿਆਂ ਦੇ ਬਹੁਤ ਚਿਰਾਂ ਬਾਅਦ ਤੁਹਾਨੂੰ ਵਾਪਸ ਵੇਖ ਰਿਹਾ ਡੈਫੀਨੇਟਲੀ ਤੁਸੀਂ ਵੀ ਮੈਨੂੰ ਬਹੁਤ ਚਿਰਾਂ ਬਾਅਦ ਵੇਖ ਰਹੇ ਹੋ ਕੁਛ ਮੇਰੀ ਮੈਡੀਕਲ ਐਮਰਜੈਂਸੀਜ਼ ਹੋ ਗਈਆਂ ਸੀਗੀਆਂ ਘਰੇ ਔਰ ਉਸ ਤੋਂ ਬਾਅਦ ਮੈਂ ਵੀ ਬਿਮਾਰ ਪੈ ਗਿਆ ਸੀਗਾ ਇੱਕ ਹਫ਼ਤਾ ਹੋਸਪਿਟਲਾਈਜ਼ ਰਿਹਾ ਮੈਨੂੰ ਲੱਗਦਾ ਆ ਕਿ ਮੈਂ 20-25 ਦਿਨਾਂ ਬਾਅਦ ਜਾ ਕੇ ਮੈਂ ਆਪਣੀ ਵਲੌਗਿੰਗ ਦੁਬਾਰਾ ਸ਼ੁਰੂ ਕਰ ਰਿਹਾ ਸੋ ਹੁਣ ਫਿਲਹਾਲ ਮੈਂ ਜਾ ਰਿਹਾ ਹੈਗਾ ਕਾਰ ਰਿਪੇਅਰ ਸ਼ੋਪ ਤੇ ਕਿਉਂਕਿ ਕੱਲ ਕੀ ਹੋਇਆ ਸੀਗਾ ਕੱਲ ਜਾਣਾ ਸੀਗਾ ਮੇਰੀ ਡਾਕਟਰ ਵਿਜ਼ਿਟ ਸੀਗੀ ਕੱਲ ਦੀ ਕਿਉਂਕਿ ਆਫਟਰ ਡਿਸਚਾਰਜ ਮੈਨੂੰ ਕਿਹਾ ਸੀਗਾ ਕਿ ਬਈ ਕੁਛ ਦਿਨ ਬਾਅਦ ਆ ਕੇ ਤੁਸੀਂ ਦੁਬਾਰਾ ਦਿਖਾਉਣਾ ਸੋ ਮੈਂ ਕੱਲ ਆਪਣੇ ਫਰੈਂਡਸ ਨੂੰ ਕਾਲ ਕੀਤੀ ਤੇ ਮੈਂ ਕਿਹਾ ਬਈ ਜਾਣਾ ਤੇ ਲੈ ਚੱਲੋ ਮੈਨੂੰ ਏਦਾਂ ਮੇਰੀ ਗੱਡੀ ਵਿੱਚ ਹਿੰਮਤ ਨਹੀਂ ਸੀਗੀ ਅੱਜ ਮਹਾਰਾਜ ਨੇ ਹਿੰਮਤ ਦਿੱਤੀ ਤੇ ਅੱਜ ਆਪ ਹੀ ਗੱਡੀ ਚਲਾ ਰਿਹਾ ਤੇ ਕੱਲ ਇਸ ਤਰ੍ਹਾਂ ਹੀ ਜਾ ਰਹੇ ਸੀਗੇ ਤੇ ਗੱਡੀ ਦਾ ਟਾਇਰ ਪੈਂਚਰ ਹੋ ਗਿਆ ਟਾਇਰ ਪੈਂਚਰ ਹੋਇਆ ਡਿੱਕੀ ਖੋਲ ਕੇ ਵੇਖੀ ਰੱਬ ਜਾਣੇ ਕੀ ਹੋਇਆ ਟਾਇਰ ਖਰਾਬ ਸੀਗਾ ਜਾਂ ਕੀ ਮੈਨੂੰ ਸਮਝ ਨਹੀਂ ਆਈ ਉਹ ਵੀ ਟਾਇਰ ਫਟਿਆ ਹੋਇਆ ਸੋ ਗੱਡੀ ਹਿੱਲਣ ਯੋਗ ਨਹੀਂ ਸੀਗੀ ਸੋ ਹੁਣ ਜਾ ਰਹੇ ਹਾਂ ਆਪਾਂ ਟਾਇਰ ਵਗੈਰਾ ਫਿਕਸ ਕਰਵਾਉਣ ਵਾਸਤੇ ਨਾਲ ਕੋਸ਼ਿਸ਼ ਕਰਾਂਗਾ ਦੇਖਦਾ ਗੱਡੀ ਦੀ ਸਰਵਿਸ ਵੀ ਹੋ ਜਾਏ ਵੀਰ ਜੀ ਲੱਗਦਾ ਹਲੇ ਇੱਥੇ ਹੈ ਨਹੀਂ ਸ਼ੋਪ ਤੇ ਫੋਨ ਕੀਤਾ ਸੀਗਾ ਵੀਰ ਜੀ ਨੂੰ ਵੀਰ ਜੀ ਹਲੇ ਸ਼ੋਪ ਤੇ ਹੈ ਨਹੀਂ ਕਹਿੰਦੇ ਮੈਂ 10 ਮਿੰਟ ਤੱਕ ਆਵਾਂਗਾ ਵੇਟ ਕਰੋ ਸੋ ਆਪਾਂ ਹੁਣ ਇੱਥੇ ਵੇਟ ਕਰ ਰਹੇ ਹਾਂ ਇਸ ਟਾਈਮ ਮੌਸਮ ਬਾਹਰ ਦਾ ਬਹੁਤ ਵਧੀਆ ਹੈ ਮੇਰੀ ਐਕਚੁਲੀ ਮੇਰੀ ਆਹ ਵਾਲੀ ਜਿਹੜੀ ਲੈਫਟ ਆ ਉਹ ਕਿੰਨਾ ਪਤਲਾ ਹੋ ਗਿਆ ਯਾਰ ਇੱਕਦਮ ਵੀਕਨੈਸ ਇੰਨੀ ਜ਼ਿਆਦਾ ਹੋ ਗਈ ਹੈ ਇਸ ਮੇਰੀ ਬਾਂਹ 'ਤੇ ਡ੍ਰਿਪ ਲੱਗੀ ਸੀਗੀ ਔਰ 8-9 ਦਿਨ ਮੇਰੇ ਡ੍ਰਿਪ ਲਗਾਤਾਰ ਇੱਕੋ ਡ੍ਰਿਪ ਲੱਗੀ ਰਹੀ ਹੈ ਚੇਂਜ ਵੀ ਨਹੀਂ ਹੋਈ ਮੇਰੀ ਔਰ ਇੰਨੀ ਜ਼ਿਆਦਾ ਪੇਨ ਹੁੰਦੀ ਹੈ ਨਾ ਹੱਥ ਦੇ ਵਿੱਚ ਪੂਰਾ ਪੂਰੀ ਦੀ ਪੂਰੀ ਇਸ ਟਾਈਮ ਬਾਂਹ ਔਰ ਹੱਥ ਫਿੰਗਰਸ ਜੁਆਇੰਟ ਪ੍ਰੋਪਰ ਪੂਰੀ ਪੇਨ ਹੈ ਇਸ ਟਾਈਮ ਕੱਲ੍ਹ ਵੀ ਮੇਰੇ ਨਾਲ ਇੱਦਾਂ ਹੀ ਹੋਇਆ ਸੀਗਾ ਕੱਲ੍ਹ ਮੈਂ ਗਿਆ ਸੀਗਾ ਡਾਕਟਰ ਦੇ ਕੋਲ ਤਾਂ ਕੁਛ ਆਪਣਾ ਟਾਇਰ ਪੈਂਚਰ ਵਗੈਰਾ ਹੋ ਗਿਆ ਉਹਦਾ ਪੰਗਾ ਪੈ ਗਿਆ ਤਾਂ ਵੀ ਨਹੀਂ ਹੋਇਆ ਅੱਜ ਹੁਣ ਮੈਂ ਗੱਡੀ ਦੇ ਡਾਕਟਰ ਕੋਲ ਗਿਆ ਤੇ ਗੱਡੀ ਦਾ ਡਾਕਟਰ ਸਭ ਕਹਿੰਦੇ ਨੇ ਵੀ ਹੱਥ ਨਹੀਂ ਹੋਏਗੀ ਤੁਸੀਂ ਕੱਲ੍ਹ ਆ ਜਾਓ ਪਤਾ ਨਹੀਂ ਚੱਲ ਕੀ ਰਿਹਾ ਹੈ ਮੇਰੇ ਹਿਸਾਬ ਨਾਲ ਮੈਨੂੰ ਸਮਝ ਹੀ ਨਹੀਂ ਆ ਰਹੀ ਮਿੰਨਤ ਇਹ ਲੱਗ ਰਿਹਾ ਸ਼ਾਮੀ ਕਿਤੇ ਗੁਰਦੁਆਰਾ ਸਾਹਿਬ ਜਾਵਾਂ ਤੇ ਪ੍ਰਸ਼ਾਦ ਵਾਲੇ ਭਾਈ ਜੀ ਕਹਿਣ ਨਾ ਕੱਲ੍ਹ ਦਿਆਂਗੇ ਅੱਜ ਨਹੀਂ ਦੇਣਾ ਲੰਘ ਜਾਓ ਭਾਈ ਲੰਘ ਜਾਓ ਤੁਸੀਂ ਲੰਘ ਜਾਓ ਭਾਈ ਨਾ ਪੁੱਤ ਨਾ ਅੱਗੇ ਨਹੀਂ ਆਉਣਾ ਨੈਕਸਟ ਡੇ ਦੀ ਸ਼ੁਰੂਆਤ ਹੋ ਚੁੱਕੀ ਹੈ ਹੁਣ ਆਪਾਂ ਨਿਕਲ ਰਿਹਾ ਥੋੜ੍ਹਾ ਜਿਹਾ ਬਾਹਰਲਾ ਕੰਮ ਕਰਨ ਵਾਸਤੇ ਮੈਨੂੰ ਐਕਚੁਲੀ ਇੱਕ ਸਕਰੀਨ ਚਾਹੀਦੀ ਹੈਗੀ ਹੈ ਜੋ ਕਿ ਜ਼ਿਆਦਾਤਰ ਮੈਂ ਆਪਣੀ ਐਡੀਟਿੰਗਸ ਵਾਸਤੇ ਮੈਨੂੰ ਚਾਹੀਦੀ ਕਿਉਂਕਿ ਲੈਪਟੋਪ ਦੀ ਸਕਰੀਨ ਪੂਰੀ ਸਫੀਸ਼ੀਐਂਟ ਨਹੀਂ ਹੁੰਦੀ ਹੈ ਐਡੀਟਿੰਗ ਕਰਨ ਵਾਸਤੇ ਸੋ ਸਿਰਫ ਹੁਣ ਮੈਂ ਰੇਟ ਪਤਾ ਕਰਨ ਜਾ ਰਿਹਾ ਕਿਉਂਕਿ ਮੇਰੇ ਕੁਛ ਨੋਨ ਹੈਗੇ ਨੇ ਉਹ ਸ਼ਾਇਦ ਮੈਨੂਫੈਕਚਰ ਹੈਗੇ ਨੇ ਜਾਂ ਫਿਰ ਉਹ ਹੋਲਸੇਲਰ ਹੈਗੇ ਨੇ ਸੋ ਉਹਨਾਂ ਕੋਲੋਂ ਸ਼ਾਇਦ ਮੈਂ ਫਿਰ ਬਚ ਲਵਾਂਗਾ ਲੇਕਿਨ ਮੈਨੂੰ ਹਲੇ ਮਾਰਕੀਟ 'ਚ ਸਰਵੇ ਕਰਨਾ ਮਾਤਾ ਜੀ ਬਾਹਰ ਗਿੱਲੇ ਹੁੰਦੇ ਹੁੰਦੇ ਆ ਰਹੇ ਨੇ ਅੰਦਰ ਜਲਦੀ ਟਪਕੋ ਪਕੜੀਏ ਸ਼ਾਬਾਸ਼ ਮਾਤਾ ਜੀ ਸਾਡੇ ਅੱਗੇ ਅੰਦਰ ਹਾਂ ਅੰਦਰ ਆ ਸਾਡੀਆਂ ਜਵਾਨਾਂ ਨੂੰ ਕੁਛ ਹੋਇਆ ਹੋਇਆ ਸਾਡੀ ਨੀ ਸਾਡੇ ਪੂਰੇ ਖਾਨਦਾਨ ਦੇ ਜਵਾਨਾਂ ਨੂੰ ਕੁਛ ਹੋ ਗਿਆ ਤੇ ਦੀਦੀ ਵੀ ਤਤਲਾ ਆ ਰਹੀ ਹੈ ਮੰਮੀ ਵੀ ਤਤਲਾ ਆ ਰਹੇ ਨੇ ਮੈਂ ਵੀ ਤਤਲਾ ਆ ਰਿਹਾ ਤੱਤੇ ਹੋ ਗਏ ਅਸੀਂ ਹਾਂ ਮੈਂ ਤੱਤੇ ਹੀ ਗਿਆ ਨਿਕਲ ਪਏ ਦੇਖੋ ਮਾਤਾ ਦੇ ਖੱਬ ਚੜੀ ਆ ਸਿਰੇ ਸਿਰੇ ਆਪਾਂ ਹੁਣ ਚੱਲੇ ਆ ਹਾਂ ਨੀ ਹੁਣ ਆਪਾਂ ਚੱਲੇ ਆ ਸੀ ਐਨ ਜੀ ਪਵਾਉਣੀ ਆ ਪਹਿਲੇ ਸੀ ਐਨ ਜੀ ਪਵਾ ਕੇ
ਫਿਰ ਉਸ ਤੋਂ ਬਾਅਦ ਆਪਾਂ ਅੱਗੇ ਮਾਰਕੀਟ ਚ ਜਾਵਾਂਗੇ, ਫਿਰ ਸਕਰੀਨ ਦਾ ਦੇਖਦੇ ਆ ਸਾਨੂੰ ਕੀ ਬੈਸਟ ਆਪਸ਼ਨ ਮਿਲਦੇ ਆ, ਅਕੋਰਡਿੰਗਲੀ ਦੇਖਾਂਗੇ। ਸੋ ਨਿਕਲ ਪੜੇ ਹੈ ਸੜਕੋਂ ਪੇ ਬਾਰਿਸ਼ ਕਾ ਮਜ਼ਾ ਲੂਟਨੇ ਕੇ ਲਿਏ। ਅੱਜ ਮੰਮੀ ਦਾ ਮੂਡ ਆਨ ਹੈਗਾ, ਤੁਸੀਂ ਮੰਮੀ ਦੀ ਵਲੋਗਿੰਗ ਤੁਸੀਂ ਅੱਜ ਆਨੰਦ ਲੈ ਸਕਦੇ, ਜਿਹੜੇ ਕਹਿੰਦੇ ਨੇ ਨਾ ਬੜੀ ਦੇਰ ਮੰਮਾ ਆਈ ਨੀ ਵਲੋਗ ਦੇ ਵਿੱਚ। ਬਸ ਹੋਪਫੁਲੀ ਸਾਨੂੰ ਇੱਥੇ ਮਿਲ ਜਾਵੇ। ਮੈਨੂੰ ਲੱਗ ਓਲਾ ਇਹ ਵੀ ਬੰਦ ਕੀਤਾ ਪਿਆ, ਪਾਣੀ ਪਤਾ ਕਿੰਨਾ ਭਰਿਆ ਹੋਇਆ, ਮੈਂ ਡੁੱਬ ਜਾਣਾ ਉੱਥੇ। ਇੱਥੇ ਚਲੇ ਜਾਵਾਂਗੇ ਨਾ, ਆਹ ਦੇਖੋ ਬਹੁਤ ਜ਼ਿਆਦਾ ਪਾਣੀ ਸੀਗਾ, ਮੈਂ ਡੁੱਬ ਜਾਣਾ ਸੀ ਉੱਥੇ। ਨਹੀਂ ਰੋਕੋ ਬਾਈ ਰੋਕੋ, ਜ਼ਿਆਦਾ ਹੋ ਰਿਹਾ। ਉਹ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ, ਉਹ 600 ਲੱਗ ਗਈ ਓਏ। ਆ ਪ੍ਰੈਸ਼ਰ ਅੱਛਾ ਲੱਗ ਰਿਹਾ ਆਪਕਾ, ਪ੍ਰੈਸ਼ਰ ਮੈਨੇ ਕਿਹਾ ਅੱਛਾ ਲੱਗ ਰਿਹਾ ਹੈ ਆਪਕਾ। ਮਸਤ ਜੋਕ ਮਾਰਾ ਰੇ, ਅੱਜ ਗੱਡੀ ਚ ਮੇਰੀ ਪਹਿਲੀ ਵਾਰ 9 ਕਿਲੋ CNG ਪਈ ਹੈ, ਕਦੀ ਨੀ ਪਈ ਹਨਾ, ਅੱਜ ਤੱਕ ਕਦੀ ਵੀ ਨੀ ਪਈ ਇੰਨੀ ਜ਼ਿਆਦਾ। ਚੰਗਾ ਮਾਤਾ ਜੀ ਅਸੀਂ ਚੱਲੇ, ਪੇਮੈਂਟ ਕਰ ਦੇਣਾ, ਬਾਏ ਬਾਏ। ਹੈਂ ਗਾੜੀ ਕੀ ਚਾਬੀ ਮੇਰੇ ਕੋਲ ਦੇ ਦੋ, ਐਸੇ ਕੈਸੇ ਦੇ ਦੋ। ਸੋ ਇਹ ਮੇਰੀ ਸ਼ੋਪ ਹੈਗੀ ਹੈ, ਮੇਰੀ ਪੈਟ ਸ਼ੋਪ ਹੈ, ਹਮੇਸ਼ਾ ਇੱਥੇ ਮੋਬਾਈਲ ਵਗੈਰਾ ਲਈਦੇ ਆ। ਔਰ ਜਿੰਨੇ ਵੀ ਮੇਰੇ ਮੋਬਾਈਲ ਅੱਜ ਤੱਕ ਦੇ, ਕਿੰਨੇ ਮੋਬਾਈਲ ਆਏ ਇੱਥੋਂ? ਬਹੁਤ ਸਾਰੇ, ਮੰਮੀ ਕਹਿੰਦੇ ਬਹੁਤ ਸਾਰੇ ਮੋਬਾਈਲਸ ਆਏ ਨੇ, ਅਤੇ ਦਿਖਣਾ ਬੰਦ ਹੋ ਜਾਂਦਾ ਇਹਦੇ ਵਿੱਚੋਂ। ਐਸ ਤਾਂ ਜਾਓ ਧੁੰਦਲਾ, ਗੱਡੀ 'ਚੋਂ ਬਾਹਰ ਨਿਕਲੋ ਪਹਿਲੇ ਧੁੰਦਲਾ ਪੈ ਜਾਂਦਾ ਸਾਰਾ। ਕੈਸੇ ਹੋ? ਮੈਂ ਬਸ ਬੜੀ, ਆਪ ਬਤਾਓ ਠੀਕ ਹੋ? ਠੀਕ ਹੈ ਨਾ? ਬਹੁਤ ਬੜੀਆ, ਸਕਰੀਨ ਚਾਹੀਏ ਸੀ। ਸਾਨੂੰ ਮਿਲ ਰਹੇ ਨੇ ਕੁਛ ਬੇਸਿਕਸ ਮਾਡਲ ਤਕਰੀਬਨ 7-7.5 ਹਜ਼ਾਰ ਦਾ, ਜੋ ਕਿ ਮੈਨੂੰ ਹਜੇ ਵੀ ਵਰਥੀ ਨਹੀਂ ਲੱਗਦਾ ਪਿਆ ਕਿ ਇੰਨੇ ਪੈਸੇ ਲਗਾਉਣੇ। ਤੁਸੀਂ ਵੈਸੇ ਮੈਨੂੰ ਐਪਲ ਦੀ ਸਕਰੀਨ ਕਹਿ ਰਹੇ ਸੀ ਲੈਣ ਵਾਸਤੇ, ਹੈ ਐਪਲ ਦੀ ਸਕਰੀਨ? ਕਿਉਂ ਫਿਰ ਵਾਪਸ ਆਵਾਂਗੇ ਦੁਬਾਰਾ? ਕਿੱਥੇ ਜਾਣਾ, ਕੀ ਕਰਨਾ? ਮੈਂ ਉਧਰ ਜਾਣਾ, ਸਮਾਨ ਮਾੜਾ ਜਿਹਾ ਲੈਣਾ। ਮੈਨੂੰ ਦੱਸਿਆ ਤੁਸੀਂ ਪਹਿਲੇ ਘਰੋਂ ਨਿਕਲਣ ਤੋਂ ਪਹਿਲੇ? ਨਾ, ਮੈਂ ਨਹੀਂ ਬੋਲਿਆ। ਏਦਾਂ ਨਹੀਂ ਹੁੰਦਾ, ਘਰੋਂ ਨਿਕਲਣ ਤੋਂ ਪਹਿਲੇ ਹਮੇਸ਼ਾ ਐਂਟਰੀ ਕਰਾਓ। ਤੁਸੀਂ ਨਹੀਂ ਸੁਣਿਆ, ਆਪਣੇ ਕੰਨ ਬੰਦ ਰੱਖੇ ਮੇਰਾ ਕੀ ਕਸੂਰ? ਪਾਪ ਪੱਗਾਂ ਬੰਨ ਲਈਆਂ ਨੇ, ਹੁਣ ਕੰਨ ਬੰਦ ਹੀ ਰਹਿਣੇ ਸਾਡੇ, ਅਸੀਂ ਨਹੀਂ ਸੁਣਦੇ ਪਏ ਕਿਸੇ ਦੀ। ਬੋਲਣੇ ਆਉਂਦੇ ਮੈਨੂੰ ਧਮਕੀ ਧਮਕੀ। ਇਹ ਇੱਕ ਸ਼ੋਪ ਹੈਗੀ ਹੈ ਇੱਥੇ, ਹੈ ਸਕਰੀਨਸ ਵਾਲੀ, ਇੱਥੇ ਪੁੱਛਦੇ ਹਾਂ ਸਾਨੂੰ ਕੋਈ ਮਿਲ ਜਾਏ ਤਾਂ ਵਧੀਆ। ਸਤਿ ਸ਼੍ਰੀ ਅਕਾਲ ਵੀਰ ਜੀ, ਵੀਰ ਜੀ ਕੋਈ 24 ਇੰਚ ਦੀ ਸਕਰੀਨ ਹੈਗੀ ਆਪਣੇ ਕੋਲ? ਅੰਦਰ ਆ ਸਕਦਾ? ਹਾਂ ਜੀ ਆਓ। ਗੰਦੇ ਪੈਰ ਹੈਗੇ ਨਾ ਤਾਂ ਕੋਈ ਗੱਲ ਨਹੀਂ, ਉਹ ਚੌੜੀ ਪਿੱਛੇ ਜ਼ਿਆਦਾ, ਪਤਲੀ ਨਹੀਂ ਹੈਗੀ, ਪਤਲੇ ਦੇ ਵਿੱਚ LED ਟਾਈਪ ਤੇ ਇਹਦਾ ਕਿੰਨੇ ਸਾਲ ਦੀ ਗਰੰਟੀ ਵਰੰਟੀ ਵਗੈਰਾ ਕੀ ਦਿੰਦੇ ਹੋ? 1 ਈਅਰ ਦੀ। ਤੇ ਪ੍ਰਾਈਸ ਰੇਂਜ ਕੀ ਹੈਗਾ ਇਹਦਾ? 5000। ਕਿਹੜਾ ਵਾਲਾ? ਠੀਕ ਹੈ, 24 ਇੰਚੀ ਤੁਸੀਂ 5000 ਕਹਿ ਰਹੇ ਹੋ ਨਾ? ਔਰ ਇਹ ਸਮਾਰਟ ਹੈਗਾ? ਇਹ ਸਮਾਰਟ ਨਹੀਂ ਹੈ, ਇਹ ਵਾਲਾ ਸਮਾਰਟ ਹੈ। ਐਂਡਰੋਇਡ ਇਹ ਵੀ ਸਮਾਰਟ ਮਿਲ ਜਾਏਗਾ ਫਿਰ? ਮਿਲ ਜਾਏਗਾ, ਵਿਦਆਊਟ ਸਮਾਰਟ ਮਿਲ ਜਾਏਗਾ। ਦੋਨਾਂ ਦੀ ਪ੍ਰਾਈਸ ਰੇਂਜ ਕੀ ਰਹੇਗੀ ਇਹਦੇ ਵਿੱਚ? 75 ਦੀ। ਕਿਹੜਾ ਵਾਲਾ? 6500 ਦਾ ਨਾਰਮਲ। ਠੀਕ ਹੈ, 6500 ਦਾ ਸਮਾਰਟ। ਸਪੈਸ਼ਲ ਦੀ ਦਾ ਫੋਨ ਆਇਆ, ਮੰਮੀ ਨੂੰ ਮੇਰਾ ਇੱਕ ਬਹੁਤ ਜ਼ਰੂਰੀ ਕੰਮ ਕਹਿਣਾ,
ਤੇ ਮੈਂ ਕਿਹਾ ਪਤਾ ਨਹੀਂ ਕੀ ਕੰਮ ਹੋਣਾ ਹੈ, ਕਹਿ ਦਿੰਦੇ ਆ ਕੋਈ ਗੱਲ ਨਹੀਂ ਕਰਾ ਦਾਂਗੇ ਕੰਮ। ਤੇ ਕਹਿੰਦੀ ਦੀਦੀ ਕਹਿੰਦੀ ਮੰਮੀ ਨੂੰ ਕਹਿ ਮੇਰੇ ਹਿੱਸੇ ਦੇ ਨਾ ਗੋਲ ਗੱਪੇ ਖਾ ਕੇ ਆਓ ਫਟਾਫਟ ਹੁਣੇ ਜਾ ਕੇ, ਉਹ ਵੀ ਸਿਰਫ ਦੋ ਹੀ ਖਾਣੇ, ਤੀਸਰਾ ਨਹੀਂ ਖਾਣਾ। ਤੇ ਹੁਣ ਮੈਂ ਦੀਦੀ ਦਾ ਬਹੁਤ ਜ਼ਰੂਰੀ ਕੰਮ ਕਰਨ ਜਾ ਰਿਹਾ ਇਸ ਟਾਈਮ। ਸੋ ਮੈਨੂੰ ਹੁਣ ਮੈਂ ਹੁਣੇ ਦੋ ਤਿੰਨ ਸਕਰੀਨਸ ਪਤਾ ਕੀਤੀਆਂ, ਇੱਕ ਮੈਂ ਕੀਤੀ ਸੀਗੀ ਅਸੈਂਬਲਡ ਕਰਦੇ ਨੇ ਜਿਹੜੇ, ਪਹਿਲੇ ਮੈਂ ਸੋਚਿਆ ਸੀਗਾ ਮੈਂ ਜਿਹੜੀ ਸਮਾਰਟ ਟੀ ਵੀ ਹੁੰਦੇ ਨੇ ਉਹੀਓ ਮੈਂ ਆਪਣੇ ਲੈਪਟੋਪ ਦੇ ਨਾਲ ਲਗਾ ਕੇ ਅਤੇ ਉਹਨੂੰ ਚਲਾ ਲਵਾਂਗਾ, ਬਟ ਪਿਕਸਲਸ ਜਿਹੜੇ ਹੈਗੇ ਨੇ ਉਹ ਬਹੁਤ ਫਰਕ ਆ ਰਿਹਾ ਪਿਕਸਲਸ ਦਾ ਉਹਦੇ ਵਿੱਚ, ਇਸ ਕਰਕੇ ਹੁਣ ਮੇਰਾ ਮਨ ਕਰ ਰਿਹਾ ਹੈਗਾ ਕਿ ਮੈਂ ਜਿਹੜੇ ਕੰਪਿਊਟਰ ਮੋਨੀਟਰਸ ਹੁੰਦੇ ਨੇ ਮੈਂ ਉਹੀ ਲੈ ਲਵਾਂ। ਸੋ ਡੈੱਲ ਦਾ ਪਤਾ ਕੀਤਾ ਸੀਗਾ, ਇਟ ਵਾਜ ਟੂ ਕੋਸਟਲੀ, 20,000 ਰੁਪਏ ਦਾ ਸਿਰਫ ਮੋਨੀਟਰ ਮੋਨੀਟਰ ਹੈ ਵਿਚ ਇਜ਼ ਆਊਟ ਆਫ ਮਾਈ ਬਜਟ, ਅਤੇ ਥੋੜ੍ਹਾ ਜਿਹਾ ਸਸਤਾ ਦੇਖ ਰਿਹਾ ਅਗਰ ਕਿਤੋਂ ਮਿਲ ਜਾਏ। ਕੁਛ ਦਿਨ ਰੁਕ ਕੇ ਲਵਾਂਗੇ, ਲੈਟ ਸੀ, ਕਿਉਂਕਿ ਮੈਨੂੰ ਸਰਵੇ ਕਰਨਾ ਬਹੁਤ ਪ੍ਰਾਇਰਟੀ ਹੁੰਦੀ ਹੈ ਕਿ ਕੋਈ ਚੀਜ਼ ਲੈਣੀ ਤਾਂ ਪਹਿਲੇ ਸਰਵੇ ਕਰ ਲਓ, ਸੋ ਦੈਟ ਚੀਜ਼ ਇੱਕ ਵਾਰੀ ਲੈਣੀ ਹੁੰਦੀ ਹੈ, ਵਾਰ ਵਾਰ ਤਾਂ ਲੈਂਦੇ ਨਹੀਂ, ਅਤੇ ਅੱਛੀ ਚੀਜ਼ ਮਿਲ ਜਾਏ। ਸੋ ਅਗਰ ਤੁਹਾਨੂੰ ਵੀ ਕੋਈ ਇੱਦਾਂ ਦਾ ਕੁਛ ਕੰਟੈਕਟ ਹੈਗਾ ਤੁਹਾਡਾ ਕਿਸੇ ਦਾ ਵੀ ਜੋ ਕੰਪਿਊਟਰ ਮੋਨੀਟਰਸ ਦੇ ਵਿੱਚ ਡੀਲ ਕਰਦਾ ਹੋਵੇ ਔਰ ਅੱਛੀ ਡੀਲ ਮੈਨੂੰ ਕੋਈ ਦਵਾ ਸਕਦਾ ਹੋਵੇ ਤਾਂ ਪਲੀਜ਼ DM ਕਰ ਦੇਣਾ ਮੈਨੂੰ, ਥੱਲੇ ਮੇਰਾ ਇੰਸਟਾਗ੍ਰਾਮ ਹੈਂਡਲ ਚੱਲਦਾ ਪਿਆ, ਇਹਦੇ ਤੋਂ ਤੁਸੀਂ ਮੈਨੂੰ DM ਕਰ ਸਕਦੇ ਹੋ। ਮੰਮਾ ਕੁਛ ਆਈ ਥਿੰਕ ਲੈ ਕੇ ਆਏ ਆ, ਦੇਖਦੇ ਕੀ ਲੈ ਕੇ ਆਏ ਆ। ਜੋ ਮੇਰਾ ਗੈਸ ਆ ਮੇਰਾ ਸੈਂਡਵਿਚ ਔਰ ਖਾਂਡਵੀ ਡੋਕਲਾ, ਬਾਕੀ ਦੇਖਦੇ ਕੀ ਲੈ ਕੇ ਆਏ। ਕੀ ਲੈ ਕੇ ਆਏ ਮੰਮਾ, ਕੀ ਲੈ ਕੇ ਆਏ ਹੋ? ਮੈਂ ਤਾਂ ਇੱਕ ਚੀਜ਼ ਬੋਲੀ ਸੀ ਨਾ, ਦੋ ਅੱਗੇ ਹੋਣੀ ਹੈ। ਆਹੋ ਦੁਕਾਨ ਨੀ ਚੱਕ ਲਈ ਪੂਰੀ ਤੁਸੀਂ? ਅੱਛਾ ਮੇਰੇ ਮਾਮੇ ਦੀ ਦੁਕਾਨ ਹੈ, ਤੁਸੀਂ ਮੈਨੂੰ ਕਦੇ ਦੱਸਿਆ ਹੀ ਨੀ। ਮਾਮਾ ਜੀ ਤੁਹਾਡੀ ਦੁਕਾਨ ਹੈਗੀ ਇੱਥੇ, ਦੱਸ ਤਾਂ ਦਿੰਦੇ ਮੈਨੂੰ ਇੱਕ ਵਾਰ ਕੀ ਲੈ ਕੇ ਆਏ ਹੋ, ਤਾਂ ਹੀ ਦੱਸ ਪਾਵਾਂਗੇ ਨਾ। ਮੇਰੇ ਪਾਸ ਸੈਂਡਵਿਚ ਵੀ ਹੈ। ਅੱਛਾ ਜੀ, ਮੇਰੇ ਪਾਸ ਡੋਕਲਾ ਵੀ ਹੈ। ਡੋਕਲਾ ਕਿਹੜਾ ਆ? ਖਾਂਡਵੀ। ਕਿਆ ਬਾਤ ਹੈ, ਦੂਸਰਾ ਹੈ ਮੇਰੇ ਪਾਸ ਬ੍ਰਾਊਨ ਸੈਂਡਵਿਚ। ਨਹੀਂ ਖਾਂਡਵੀ ਡੋਕਲਾ ਖੋਲ ਲੋ ਫਿਰ। ਸੁਣੋ ਸੁਣੋ ਪਹਿਲੇ ਮੇਰੀ ਬਾਤ ਸੁਣੋ। ਇਹ ਕੀ ਹੈਗਾ? ਕਿਆ ਹੋਤਾ ਹੈ? ਇਡਲੀ ਐਵੇਂ ਕਿਵੇਂ ਆ ਗਈ ਓਏ? ਇਹ ਕਿੱਦਾਂ ਦੀ ਇਡਲੀ ਹੈਗੀ ਹੈ? ਅੱਜ ਟਰਾਈ ਕਰਦੇ ਆ ਕੌਣ ਆ। ਅੱਛਾ ਠੀਕ ਆ। ਸੋ ਇਹ ਇਡਲੀ ਮੈਂ ਇੱਦਾਂ ਪਹਿਲੀ ਵਾਰੀ ਵੇਖੀ ਹੈ ਦੁਕਾਨਾਂ ਤੇ, ਉੱਦਾਂ ਤਾਂ ਦੇਖੀ ਸਾਂਬਰ ਇਡਲੀ, ਲੇਕਿਨ ਇਹ ਪੈਕਟ ਦੇ ਵਿੱਚ ਇਡਲੀ ਮੈਂ ਫਸਟ ਟਾਈਮ ਦੇਖ ਰਿਹਾ। ਪਤਾ ਨਹੀਂ ਟੇਸਟ ਕਿੱਦਾਂ ਦਾ ਹੋਏਗਾ, ਮੈਨੂੰ ਲੱਗ ਰਿਹਾ ਸੂਜੀ ਦੀ ਹੈ, ਬਟ ਤੜਕਾ ਲਗਾਇਆ ਹੋਇਆ ਰਾਈ ਦਾ। ਇਹਨੂੰ ਸਾਇਲੈਂਟ ਕਰੋ, ਬਾਤ ਨਹੀਂ ਕਰਨੀ ਆ ਕਿਸੇ ਸੇ। ਆਏ ਅੱਜ ਕਿ ਅੱਜ ਕਿਹਦੇ ਨਾਲ ਗੱਲਾਂ ਕਰਨੀਆਂ? ਆਪਣੇ ਆਪ। ਚਲੋ ਸ਼ੁਰੂ ਹੋ ਫਿਰ, ਅਸੀਂ ਵੀ ਸੁਣੀਏ ਤੁਸੀਂ ਕੀ ਗੱਲਾਂ ਕਰੋਗੇ ਆਪਸ ਵਿੱਚ। ਨਹੀਂ ਆਪਣੇ ਆਪ ਨਾਲ ਹੁੰਦਾ ਮਨ ਦੀ ਗੱਲ। ਓ ਕਿਸੇ ਨੂੰ ਸੁਣਾਈ ਨਹੀਂ ਜਾਂਦਾ। ਮਾਈ ਗੋਡ, ਨਹੀਂ ਵਿੱਚ ਕਿ ਸੁਣਾ ਸੀ ਕਿ ਦਿਲ ਰੋ ਤੁਸੀਂ ਪਾ ਰਹੇ ਹੋ ਪਹਿਲੇ। ਨਹੀਂ ਗੋਲਨੀ, ਨਹੀਂ ਇਦਾਂ ਥੋੜਾ, ਬਿਨਾ ਚਟਨੀ ਤੋਂ ਖਾਵਾਂਗੇ। ਇਦਾਂ ਥੋੜਾ ਹੁੰਦਾ ਹੈ, ਅਜੀਬ ਹੈ। ਇੱਕ ਹਰੀ ਮਿਰਚ, ਹਰੀ ਮਿਰਚ ਤੁਸੀਂ ਖਾਓ। ਦੇਖੋ ਇੰਨੀ ਵੱਡੀ ਸੋਹਣੀ ਜਿਹੀ ਹਰੀ ਮਿਰਚ ਤੁਸੀਂ ਖਾਓ। ਆਪਕੇ ਲਈ ਲਾਏ ਹਮ, ਤੂੰ ਬੈਠ ਆਰਾਮ ਨਾਲ। ਮਾਸੀ ਦੀ ਕਵਲ ਆ ਰਹੀ ਹੈ, ਚੱਕਦੇ ਨਹੀਂ ਪਏ ਮੰਮੀ। ਮਾਸੀ ਅਗਰ ਵਲੌਗ ਦੇਖੋਗੇ ਨਾ, ਫੋਨ ਤੁਹਾਡੇ ਵੱਲ ਦਾ ਪਿਆ ਸੀਗਾ ਤੇ ਮੰਮੀ ਨੇ ਚੱਕਿਆ, ਕਿਉਂਕਿ ਮੰਮੀ ਦਾ ਅੱਜ ਸਮਾਨ ਸੀਗਾ। ਠੀਕ ਹੈ ਮਾਸੀ, ਸੋਰੀ ਥੋੜਾ ਜਿਹਾ ਬਿਜ਼ੀ ਸੀਗਾ, ਪਰ ਤੁਹਾਨੂੰ ਦੁਬਾਰਾ ਕਾਲ ਬੈਕ ਕਰਾਂਗੇ ਅਗਲੇ ਵਲੌਗ ਦੇ ਵਿੱਚ। ਓਏ ਮੇਰਾ ਛੋਟਾ ਜਿਹਾ ਡਾਇਨਿੰਗ ਟੇਬਲ ਹੈਗਾ। ਖਾਂਡਵੀ ਡੋਕਲਾ ਮੇਰਾ ਆਲ ਟਾਈਮ ਫੇਵਰੇਟ ਹੈ, ਜਦੋਂ ਮਰਜ਼ੀ ਜਿਹੜਾ ਮਰਜ਼ੀ ਲੈ ਕੇ ਆ ਸਕਦਾ ਮੈਂ ਖਾ ਲਾਂਗਾ। ਲੈ ਮਤਾ ਟਕਾਕ, ਬਾਕੀ ਤਾਂ ਫੜ ਲਓ ਬਸ, ਇਹ ਤਾਂ ਹੁੰਦਾ ਫਾਰਮੈਲਿਟੀ ਹੁੰਦੀ ਸ਼ਗਨਾਂ ਵਾਲੀ, ਫੜ ਲਓ। ਉਹ ਮੇਰੇ ਹੱਥੋਂ ਡਿੱਗਦਾ ਪਿਆ, ਮੁੰਡਾ ਤੁਹਾਡਾ ਠੀਕ ਹੋ ਗਿਆ? ਦੀਦੀ ਨੇ ਬੋਲਿਆ ਸੀਗਾ ਬਹੁਤ ਹੀ ਇੰਪੋਰਟੈਂਟ ਕੰਮ, ਮੇਰੇ ਹਿੱਸੇ ਦੇ ਅੱਜ ਗੋਲ ਗੱਪੇ ਖਾ ਕੇ ਆਓ। ਮੰਮਾ ਗਏ ਨੇ ਗੋਲ ਗੱਪੇ ਖਾਣ ਲਈ, ਮੈਨੂੰ ਹਾਲੇ ਸਾਰਾ ਕੁਛ ਮਨਾ ਹੈਗਾ ਖਾਣਾ, ਕਿਉਂਕਿ ਅਸੀਂ ਤਾਜ਼ੇ ਤਾਜ਼ੇ ਉੱਠੇ ਹੈਗੇ ਹਾਂ ਹਲੇ ਬਿਮਾਰ ਹੋ ਕੇ। ਸੋ ਬਾਹਰ ਦਾ ਬਿਲਕੁਲ ਫੂਡ ਬੰਦ ਹੈਗਾ, ਜੰਕ ਫੂਡ ਪ੍ਰੋਪਰ ਬੰਦ ਹੋ ਚੁੱਕਾ ਮੇਰਾ, ਲੇਕਿਨ ਫਿਰ ਵੀ ਥੋੜ੍ਹਾ ਬਹੁਤ ਚਲੋ ਚੱਲ ਜਾਂਦਾ ਹੁੰਦਾ। ਹਾਂਜੀ ਭਈਆ ਜੀ, ਆਜ ਕੁਛ ਨਹੀਂ ਖਾਏਂਗੇ, ਭਈਆ ਜੀ ਕਾ ਉਪਵਾਸ ਹੈ, ਭਈਆ ਜੀ ਨੇ ਵਰਤ ਰੱਖਾ ਹੁਆ ਹੈ। ਗਾੜੀ ਮੇਂ ਬੈਠੇ ਹੋਏ ਹੈਂ।
हाँ भैया जी ने व्रत रखा हुआ है। चुप देखो पढ़े लिखे बेच लगा के चला गया हूँ मैं तो। ए अंकल जी ने PhD की हुई है सड़कां दे विच ले आके गड्डी लगाण दी, हॉर्न मार रहे ने, गंजा जा सुनदा ही नहीं पिया। सो मैं आ गया हूँ घर अपने, काम ते मेरा कुछ खास बनया नहीं, सिर्फ सर्वे करन गया सीगा ते सर्वे करदे करदे थोड़ा टाइम लग गया और मैनू कुछ खास तो मिलया नहीं हैगा इस टाइम। थैंक यू सो मच फॉर वॉचिंग दिस ब्लॉग, आप मिलते हैं नैक्सट ब्लॉग दे विच। तां तक सो जिहड़े पहली बार मेरी वीडियो देख रहे ने प्लीज़ डू सबसक्राइब लाइक शेयर एंड डू कमेंट एज वैल। मिलते हैं अपन नेक्स्ट ब्लॉग दे विच, तां तक सारयां नूं शुभ आख्या।